ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਦਾਸ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਬੰਦੀ ਛੋੜ ਦਿਵਸ ਦਿਵਾਲੀ ਦਾ ਦਿਹਾੜਾ 19 ਤਰੀਕ ਨੂੰ ਆ ਰਿਹਾ। ਤੋ ਸਰਬੱਤ ਖਾਲਸਾ ਵੱਲੋਂ ਥਾਪੇ ਸਮੂਹ ਸਿੰਘ ਸਾਹਿਬਾਨਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਭਾਈ ਧਿਆਨ ਸਿੰਘ ਮਾਨ, ਜਥੇਦਾਰ ਭਾਈ ਅਮਰੀਤ ਸਿੰਘ ਜਨਾਲਾ ਅਤੇ ਦਾਸ ਆਪਣੇ ਵੱਲੋਂ ਸਾਰਿਆਂ ਨੂੰ ਜਿੱਥੇ ਬੰਦੀ ਛੋੜ ਦਿਵਸ ਦਿਵਾਲੀ ਦੀਆਂ ਮੁਬਾਰਕਾਂ ਦੇ ਰਿਹਾ, ਉੱਥੇ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਹੀ ਹੁੰਮ ਹੁਮਾ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੋ ਅਤੇ ਉੱਥੇ ਦਰਸ਼ਨ ਇਸ਼ਨਾਨ ਕਰਕੇ ਗੁਰਬਾਣੀ ਕਥਾ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰੋ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਰਵਾਇਤਾਂ ਅਨੁਸਾਰ, ਪਰੰਪਰਾਵਾਂ ਅਨੁਸਾਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਸ ਸਮੇਂ ਸਿੱਖ ਸੰਗਤਾਂ ਨੂੰ ਸੰਦੇਸ਼ ਦਿੰਦੇ ਆ। ਤਾਂ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ, ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ 19 ਤਰੀਕ ਨੂੰ ਸੰਗਤਾਂ ਦੇ ਨਾਂ, ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਗੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ, ਬਣਾਇਆ ਜਾ ਰਿਹਾ। ਸੋ ਜੇਕਰ ਇਸ ਦਿਨ ਦੇ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਵੱਲੋਂ ਕਿਸੇ ਤਰ੍ਹਾਂ ਦਾ ਵੀ ਮਾਹੌਲ ਖਰਾਬ ਕੀਤਾ ਜਾਂਦਾ, ਤਾਂ ਇਸ ਲਈ ਗੁਰਬਚਨ ਸਿੰਘ ਔਰ ਕਿਰਪਾਲ ਸਿੰਘ ਬੰਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਆਪ ਸਾਰਿਆਂ ਨੂੰ ਪਤਾ ਕਿ ਪਿਛਲੇ 2 ਸਾਲਾਂ ਤੋਂ ਸਰਬੱਤ ਖਾਲਸਾ ਜਥੇਦਾਰ ਪੰਥ ਵੱਲੋਂ ਲਾਈ ਸੇਵਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿਭਾਉਣ ਵਾਸਤੇ ਜਾਂਦੇ ਆ ਅਤੇ ਬੜੀ ਅਮਨ ਸ਼ਾਂਤੀ ਨਾਲ ਬਿਨਾਂ ਕਿਸੇ ਪਰੰਪਰਾਵਾਂ 'ਚ ਦਖਲਅੰਦਾਜ਼ੀ ਕੀਤੇ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ ਰਹੇ ਆ। ਪਰ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਟਕਰਾਅ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ, ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨਾ ਅਸੀਂ ਪਹਿਲਾਂ ਟਕਰਾਅ ਕੀਤਾ, ਨਾ ਪਹਿਲਾਂ ਪਰੰਪਰਾਵਾਂ 'ਚ ਦਖਲਅੰਦਾਜ਼ੀ ਕੀਤੀ ਆ। ਅਸੀਂ ਸਿੱਖ ਮਰਿਆਦਾਵਾਂ ਅਨੁਸਾਰ ਪੰਥ ਵੱਲੋਂ ਲਾਈ ਡਿਊਟੀ ਨੂੰ ਨਿਭਾ ਰਹੇ ਹਾਂ ਅਤੇ ਹੁਣ ਵੀ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਣਗੇ। ਸੋ ਜਿਸ ਤਰੀਕੇ ਨਾਲ ਹਾਲ ਪਾਰਿਆ ਕੀਤੀ ਜਾ ਰਹੀ ਆ, ਦਹਿਸ਼ਤ ਦਾ ਮਾਹੌਲ ਕੀਤਾ ਜਾ ਰਿਹਾ ਵਾ ਗੁਰਬਚਨ ਸਿੰਘ ਵੱਲੋਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ, ਇਹਦੇ ਵਾਸਤੇ ਉਹ ਖੁਦ ਜ਼ਿੰਮੇਵਾਰ ਆ ਜਿਨ੍ਹਾਂ ਨੇ ਸੌਦਾ ਸਾਧ ਨੂੰ ਬਿਨ ਮੰਗੀ ਮੁਆਫ਼ੀ ਦਿੱਤੀ ਅਤੇ ਸਿੱਖ ਪਰੰਪਰਾਵਾਂ ਦਾ ਕਤਲ ਕੀਤਾ। ਸੋ ਜਥੇਦਾਰਾਂ ਨੇ ਸਰਬੱਤ ਖਾਲਸਾ ਵਾਲਿਆਂ ਜਿੰਨੇ ਵੀ ਹੁਕਮਨਾਮੇ ਹੁਣ ਤੱਕ ਜਾਰੀ ਕੀਤੇ ਆ, ਜੋ ਆਦੇਸ਼ ਸੰਦੇਸ਼ ਜਾਰੀ ਕੀਤੇ ਆ, ਪੰਥ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਕੇ ਗਿਆ ਅਤੇ ਇਸੇ ਤਰੀਕੇ ਦੇ ਨਾਲ ਹੀ ਉਹ ਇਹਨਾਂ ਮਰਿਆਦਾਵਾਂ ਨੂੰ ਨਿਭਾਉਣਗੇ। ਇਹ ਦਹਿਸ਼ਤ ਦਾ ਮਾਹੌਲ ਤਾਂ ਪੈਦਾ ਕੀਤਾ ਜਾ ਰਿਹਾ ਕਿਰਪਾਲ ਸਿੰਘ ਡੂੰਗਰ ਅਤੇ ਗੁਰਬਚਨ ਸਿੰਘ ਵੱਲੋਂ ਕਿ ਜੋ ਪੰਜਾਬ ਸਰਕਾਰ ਆ ਉਹ ਜਥੇਦਾਰ ਧਿਆਨ ਸਿੰਘ ਮੰਡ ਨੂੰ ਪਹਿਲਾਂ ਹੀ ਡਿਟੇਨ ਕਰ ਲਵੇ ਕਿ ਉਹ ਅਕਾਲ ਤਖਤ ਸਾਹਿਬ 'ਤੇ ਪਹੁੰਚ ਨਾ ਸਕਣ। ਜਿਸ ਤਰ੍ਹਾਂ ਜੋ ਸੁਖਬੀਰ ਬਾਦਲ ਪਹਿਲਾਂ ਕਾਲੇ ਕਾਰਨਾਮੇ ਕਰਦੇ ਰਹੇ ਆ, ਉਹਨਾਂ ਦੇ ਕਾਲੇ ਕਾਰਨਾਮਿਆਂ 'ਤੇ ਮੋਹਰ ਲੱਗੇ। ਪਰ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਅਤੇ ਜੇਕਰ ਉੱਥੇ ਹਾਲਾਤ ਖਰਾਬ ਕਰਦੀ ਹੈ ਟਾਸਕ ਫੋਰਸ, ਤਾਂ ਉਹਦੇ ਲਈ ਸ਼੍ਰੋਮਣੀ ਕਮੇਟੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਊ। ਅਸੀਂ ਸਮੁੱਚੀ ਕੌਮ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਡਾ ਟਕਰਾਅ ਦਾ ਕੋਈ ਇਰਾਦਾ ਨਹੀਂ ਆ, ਅਸੀਂ ਨਾ ਪਹਿਲਾਂ ਕੀਤਾ ਅਤੇ ਨਾ ਹੁਣ ਕਰਨਾ। ਸਿੱਖ ਮਰਿਆਦਾਵਾਂ ਪਰੰਪਰਾਵਾਂ ਅਨੁਸਾਰ ਇਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਧਿਆਨ ਸਿੰਘ ਮੰਡ ਜੋ ਕਾਰਜਕਾਰੀ ਜਥੇਦਾਰ ਨੇ ਉਹ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਗੇ ਅਤੇ ਪੂਰੀ ਕੌਮ ਵਹੀਰਾਂ ਘੱਤ ਕੇ 19 ਤਰੀਕ ਨੂੰ ਬੰਦੀ ਛੋੜ ਦਿਵਸ ਦਿਵਾਲੀ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।